ਵੀ ਫਰਵਰੀ ਨੂੰ ਹੋਣ ਜਾ ਰਹੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਅੰਮ੍ਰਿਤਸਰ ਪੁਲਿਸ ਵੱਲੋਂ ਅੰਮ੍ਰਿਤਸਰ ਵਿੱਚ ਸੰਵੇਦਨਸ਼ੀਲ ਥਾਮਾ ਅਜੇ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਡੀసీపీ ਪਰਮੇਂਦਰ ਸਿੰਘ ਭੰਡਾਲ ਨੇ ਆਖਿਆ ਕਿ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਚੋਣਾਂ ਸ਼ਾਂਤਮਈ ਹੋਣ ਅਤੇ ਇਹਨਾਂ ਸੰਵੇਦਨਸ਼ੀਲ ਥਾਮਾ ਅਤੇ ਬੂਥਾਂ ਤੇ ਵਧੇਰੇ ਸੁਰੱਖਿਆਬਲ ਅਤੇ ਨੀਮ ਫੌਜੀ ਦਸਤੇ ਤਾਇਨਾਤ ਕੀਤੇ ਜਾਣਗੇ ਉਹਨਾਂ ਸਾਰੇ ਰਾਜਨੀਤਿਕ ਦਲਾਂ ਉਮੀਦਵਾਰਾਂ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੁਲਿਸ ਵੱਲੋਂ ਕੀਤੇ ਗਏ ਪ੍ਰਬੰਧਾਂ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇ ਦੇਖੋ ਇਹ ਜਿਹੜੇ ਅਲੱਗ-ਅਲੱਗ ਪੂਲਿੰਗ ਸਟੇਸ਼ਨ ਸਾਡੇ ਆ ਕੋਈ ਸਾਡੇ ਸੈਂਸਿਟਿਵ ਪੂਲਿੰਗ ਸਟੇਸ਼ਨ ਹੋਣਗੇ ਕੁਝ ਨਾਰਮਲ ਹੋਣਗੇ ਉਹਦੇ ਵਿੱਚ ਅਸੀਂ ਜਿਹੜਾ ਸਾਡਾ ਪੂਰਾ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਜਿਹੜੇ ਸਾਡੇ ਉਹਨਾਂ ਦੇ ਉੱਤੇ ਸਾਰਾ ਅਸੀਂ ਘੁੰਮ ਕੇ ਵੀ ਵਰਕ ਕਰ ਰਹੇ ਹਾਂ ਤੇ ਉਹਦੇ ਉੱਤੇ ਸਾਰੀ ਪੈਰਾਮੈਟਰੀ ਫੋਰਸ ਲੱਗੂਗੀ ਜਿਹੜੇ ਸੈਂਸਿਟਿਵ ਹੈ ਉੱਤੇ ਵੱਧ ਲੱਗਣੀ ਹੈ ਜਿਹੜੇ ਨਾਰਮਲ ਉੱਤੇ ਘੱਟ ਹੋਣੀ ਆ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀਆਂ ਲਗਾਤਾਰ ਚੱਲ ਰ ਹੁੰਦਾ ਜਿੱਦਾਂ ਹੁੰਦਾ ਲੜਾਈ ਝਗੜੇ ਜਾਂ ਜਿੱਥੇ ਸਾਨੂੰ ਸੈਂਸਟਿਵ ਲੱਗਦੇ ਆ ਵੀ ਹਾਂ ਇੱਥੇ ਕੋਈ ਲੜਾਈ ਝਗੜਾ ਹੋ ਸਕਦਾ ਉਹਨੂੰ ਅਸੀਂ ਜ਼ਿਆਦਾ ਸੈਂਸਟਿਵ ਮੰਨ ਲੈਂਦੇ ਆ ਜਿੱਥੇ ਲੱਗਦੇ ਵੀ ਨਹੀਂ ਇਹ ਠੀਕ ਹੈ ਤੇ ਕੁਝ ਨਹੀਂ ਹੋਦਾ ਤਾਂ ਉਹਨੂੰ ਨੋਰਮਲ ਦੇ ਵਿੱਚ ਲਿਆ ਜਾਂਦਾ ਤੇ ਇਸ ਤਰ੍ਹਾਂ ਦੇ ਪੁਆਇੰਟ ਬਣਾਈ ਜਾਂਦੇ ਸਾਰੇ ਦੇਖ ਬਿਲਕੁਲ ਜੀ ਬਿਲਕੁਲ ਇਹ ਸਾਰੀਆਂ ਜਿਹੜੇ ਆ ਅਸੀਂ ਉਸ ਏਰੀਆ ਵਾਈਜ਼ ਜੋਨ ਵਾਈਜ਼ ਸਾਡੇ ਜਿਹੜੇ ਡੀਸੀਪੀ ਔਰ ਏਡੀਸੀਪੀ ਰੈਂਕ ਦੇ ਅਫਸਰ ਲੱਗ ਜਣੇ ਔਰ ਖਾਸ ਕਰ ਜਿੱਥੇ ਸੈਂਸਟਿਵ ਹੈ ਉੱਥੇ ਸਾਡੀ ਵੱਧ ਜਿਹੜੇ ਸੀਨੀਅਰ ਅਫਸਰ ਲੱਗ ਜਣੇ ਵੀ ਫਰਵ ਨੂੰ ਜਿਹੜੀ ਅੰਮ੍ਰਿਤਸਰ ਦੇ ਜਿੰਨੇ ਵੀ ਵਿਧਾਨ ਸਭਾ ਖੇਤਰ ਨੇ ਉਹਨਾਂ ਦੇ ਜਿਹੜੇ ਸੈਂਸਿਟਿਵ ਥਾਵੇਂ ਨੇ ਜਾਂ ਜਿਹੜੇ ਸੁਪਰ ਸੈਂਸਿਟਿਵ ਥਾਵੇਂ ਨੇ ਜਾਂ ਸੁਪਰ ਸੈਂਸਿਟਿਵ ਜਾਂ ਸੈਂਸਿਟਿਵ ਬੂਥ ਨੇ ਉਹਨਾਂ ਦੇ ਅੰਮ੍ਰਿਤਸਰ ਪੁਲਿਸ ਵੱਲੋਂ ਚੋਣ ਕਮਿਸ਼ਨ ਦੀ ਹਦਾਇਤਾਂ ਦੇ ਨਿਸ਼ਾਨਦੇ ਕਰ ਲਈ ਗਈ ਆ ਔਰ ਡੀਸੀ ਵੀ ਪਰਮੰਦਰ ਸਿੰਘ ਪੰਡਾਲਵਾਲਾ ਦਾ ਕਹਿਣਾ ਹੈ ਕਿ ਇਹਨਾਂ ਸੈਂਸਿਟਿਵ ਥਾਵਾਂ ਤੇ ਔਰ ਇਹਨਾਂ ਸੈਂਸਿਟਿਵ ਬੂਥਾਂ ਦੇ ਉੱਪਰ ਵੱਧ ਤੋਂ ਵੱਧ ਜਿਹੜੇ ਪੁਲਿਸ ਬੰਲੇ ਜਾਂ ਨਮ ਫੌਜੀ ਬਿਦਸਤੇ ਨੇ ਉਹ ਡਿਪਲੋਏ ਕੀਤੇ ਜਾਣਗੇ ਤਾਂ ਕਿ ਇੱਥੇ ਅਮਨ ਆਮਾਨ ਰਹੇ ਉਹ ਜਿਹੜੀ VOTING ਦੀ ਪ੍ਰਕਿਰਿਆ ਉਸ ਸਹੀ ਤਰੀਕੇ ਨਾਲ ਨਿਰਪੱਖ ਤੇ ਸ਼ਾਂਤੀਪੂਰਵ ਤਰੀਕੇ ਨਾਲ ਹੋ ਸਕੇ ਕੈਮਰਾਮੈਨ ਰਕੇਸ਼ ਕੁਮਾਰ ਨੂੰ ਸੰਦੀਪ ਸਿੰਘ ਜਾਲ ਫਾਸਟ نیوز ਅੰਮ੍ਰਿਤ ਸਰ